ਕਰੋਨਾ ਵਾਇਰਸ ਜੋ ਫੈਲਨੇ ਤੇ ਰੋਕਣੇ ਦੇ ਲਈ ਹਿਮਾਚਲ ਪ੍ਰਦੇਸ਼ ਚ ਲੋਕਡਾਊਨ ਦੇ ਕੰਨੇ ਕਰਫਿਊ ਚ ਵੀ 3 ਮਈ ਤੱਕ ਲਾਗੂ ਜਿਹੜਾ ਸੀ ਕੀਤਾ ਆ ਵਰਤਮਾਨ ਚ ਜ਼ਰੂਰਤਾਂ ਦੇ ਮੁਤਾਬਿਕ ਖਰੀਦਾਂ ਦੀਆਂ ਵਸਤੂਆਂ ਲਈ ਲੋਕਾਂ ਜੋ ਸਵੇਰਾ 10 ਤੇ ਦੁਪਹਿਰੇ 1 ਵਜੇ ਤੱਕ 3 ਘੰਟੇ ਦੀ ਡੀਲ ਦਿੱਤੀ ਗਈ ਹੈ ਲੋਕਾਂ ਜੋ ਮਾਸਕ ਪਹਿਨ ਨਹੀਂ ਕੀ ਵੀ ਘਰ ਤੇ ਬਾਹਰ ਨਿਕਲਣਾ ਜ਼ਰੂਰੀ ਹੈ ਤੇ ਸਮਾਜਿਕ ਦੂਰੀ ਦਾ ਪਾਲਨ ਕਰਨਾ ਵੀ ਜ਼ਰੂਰੀ ਹੈ ਲੇਕਿਨ ਸਰੇ ਨਿbaar ਜੋ ਸਰਕਾਰ ਨੇ ਕਰਫਿਊ ਚ ਢੀਲ ਦੇ ਇਸ ਵਿੱਚ ਜੋ ਵਧਾਉਣ ਦਾ ਫੈਸਲਾ ਲੈ ਲਿਆ ਇਸ ਤੇ ਲੋਕਾਂ 'ਚ ਵੱਡੀ ਰਾਹਤ ਮਿਲਣ ਦੀ ਖਬਰ ਸਾਹਮਣੇ ਆਈ ਹੈ ਹੁਣ ਲੋਕ ਵੀ ਥੋੜੇ ਦੇ ਖੁਸ਼ ਨਜ਼ਰ ਉਹ ਦੇ ਹੁਣ ਕਰਫਿਊ ਦੇ 4 ਘੰਟੇ ਚ ਢੀਲ ਮਿਲੇਗੀ ਸਵੇਰੇ 10 ਤੇ ਲੈ ਕੇ ਦੁਪਹਿਰੇ 2 ਵਜੇ ਤੱਕ ਲੋਕ ਜ਼ਰੂਰੀ ਵਸਤੂਆਂ ਦੇ ਲਈ ਘਰ ਦੇ ਬਾਹਰ ਨਿਕਲ ਸਕਦੇ ਇਹ ਵਿਵਸਥਾ ਸੋਮਵਾਰ ਯਾਨੀ 27 ਅਪ੍ਰੈਲ ਜੋ ਲਾਗੂ ਹੋਈ ਯਾਨੀ ਇਸ ਮੇ ਜੋ ਪਹਿਲੇ ਹੀ ਸੰਬੰਧਿਤ ਡੀਸੀ ਨਿਰਧਾਰਿਤ ਕਰਨਗੇ ਸੰਮਵਾਰ ਜੋ ਮੁੱਖ ਮੰਤਰੀ ਜੇ ਰਾਮ ਠਾਕੁਰ ਨੇ ਸਵੀ ਡੀਸੀ ਪੁਲਿਸ ਅਧਿਕਤਾਂ ਤੇ ਸੀਐਮਓ ਦੇ ਨਾਲ ਜਿਹੜੀ ਇਸ ਵੀਡੀਓ ਕਾਨਫਰੈਂਸਿੰਗ ਦੇ ਜਿਹੜੀ ਇਹ ਬੈਠਕ ਕੀਤੀ ਤੇ ਇਸ ਬੈਠਕ ਦੇ ਬਾਅਦ ਇਹ ਨਿਰਣੇ ਲਿਆ ਗਿਆ ਇਸ ਦੇ ਸੋਗਤਵਾਂ ਜੋ ਇਹ ਵੀ ਦੱਸੀ ਗਈ ਹੈ ਕਿ ਸਵਾਸਥੇ ਦੀ ਦ੍ਰਿਸ਼ਟੀ ਦੇ ਸਵੇਰੇ 5:30 ਤੇ ਸਵੇਰੇ 7:00 ਵਜੇ ਤੱਕ ਮਾਰਨਿੰਗ ਵਾਕ ਦਾ ਸਮੇਂ ਵੀ ਜਿਹੜਾ ਸੈ ਨਿਰਧਾਰਿਤ ਕੀਤਾ ਹਿੱਸੇ ਗੰਭੀਰ ਬਿਮਾਰੀਆਂ ਜੋ ਪੀੜਤ ਲੋਕਾਂ ਜੋ ਵੀ ਲਾਭ ਹੋਣਾ ਮੁੱਖ ਸਚਿਵ ਅਨਿਲ ਕੁਮਾਰ ਖਾਚੀ ਨੇ ਇਹ ਵੀ ਪੁਸ਼ਟੀ ਕੀਤੀ ਹੈ ਹਾਲਾਂਕਿ ਹਿਮਾਚਲ ਚ ਸਭੀ ਪ੍ਰਕਾਰ ਦੀਆਂ ਜਿਹੜੀਆਂ ਦੁਕਾਨਾਂ ਹਨ ਸੇ ਖੁੱਲ੍ਹੀ ਰੱਖਣੇ ਦਾ ਫੈਸਲਾ ਅਹਲੀ ਨਹੀਂ ਹੋਇਆ ਸ਼ਾਮ ਜੋ ਇਸ ਸੰਬੰਧ ਚ ਆਦੇਸ਼ ਚਾਰੀ ਕੀਤੇ ਜਾਣੇ ਨੇ ਦੱਸ ਦਿੱਤੀਏ ਕਿ ਹਿਮਾਚਲ ਚ 6 ਜ਼ਿਲ੍ਹਿਆਂ ਚ ਕੋਵਿਡ 19 ਦਾ ਕੋਈ ਮਾਮਲਾ ਨਹੀਂ ਹੈ ਪਰਦੇਸ਼ ਚ 8985 ਤੇ ਜ਼ਿਆਦਾ ਲੋਕ ਨਿਗਰਾਨੀ ਚ ਰੱਖੇ ਗਏ ਨੇ ਤੇ ਇਸ ਚ 5684 ਦੇ ਜਿਆਦਾ ਲੋਕ ਜਿਹੜੇ ਨੇ ਸੈਂ ਨਿਗਰਾਨੀ ਅਬਦੀ ਜਿਹੜੀ ਐ ਸ ਪੂਰੀ ਹੋ ਚੁੱਕੀ। ਪ੍ਰਦੇਸ਼ ਚ ਹੁਣ ਤੱਕ 4328 ਲੋਕਾਂ ਦੀ ਦਾ ਜਾਂਚ ਜਿਹੜੀ ਐ ਸ ਹੋਈ ਚੁੱਕੀ ਤੇ ਹੁਣ 40 ਸੈਂਪਲ ਪੋਜ਼ੀਟਿਵ ਪਾਏ ਗਏ। ਇਸ ਚ 20 ਵਿਅਕਤੀ ਸਵਸਤ ਹੋਈ ਕੀ ਘਰੋਂ ਵਾਪਸ ਚਲੇ ਆ ਤੇ ਚਾਰ ਪ੍ਰਦੇਸ਼ ਚ ਬਾਹਰ ਇਲਾਜ ਲਈ ਭੇਜਿਆ ਗਿਆ। ਇੱਕ ਵਿਅਕਤੀ ਦਾ ਦੇਹਾਂਤ ਹੋਈ ਚੁੱਕਿਆ। ਪ੍ਰਦੇਸ਼ ਚ ਕੋਰੋਨਾ ਦੇ 15 ਸਕਰੀਏ ਮਾਮਲੇ ਨੇ। ਪ੍ਰਦੇਸ਼ ਐਕਟਿਵ ਕੇਸ ਫਾਈਨਡਿੰਗ ਅਭਿਆਨ ਦੇ ਤਹਿਤ 70 ਲੱਖ ਤੋਂ ਅਧਿਕ ਲੋਕ ਜਿਹੜੇ ਸ ਰਿਕਵਰ ਖਬਰ ਕਿਤੇ ਗਏ ਇਸ ਚ 10000 ਦੀ ਜਾਂਚ ਕੀਤੀ ਜਿਹੜੀ ਅਜੇ ਵੀ ਜਾਰੀ ਹੈ ਤੇ ਜਿਹਦੇ ਚ ਫਲੇੰਜਾ ਬਿਮਾਰੀ ਦੇ ਲੱਛਣ ਵੀ ਪਾਏ ਗਏ ਨੇ ਲੇਕਿਨ ਹੁਣ ਜਿਹੜੀ ਰਾਹਤ ਦੀ ਖਬਰ ਆਈ ਆ ਉਹ ਇਹੀ ਆਈ ਹੈ ਕਿ ਜਿਹੜਾ ਕਰਫਿਊ ਚ ਢੀਲ ਦਾ ਸਮੇਂ ਜਿਹੜਾ ਸ ਵਧਾਈ ਤੇ ਤੇ ਇਸ ਤੇ ਜਿਹੜੀ ਹੈ ਦੂਜੀ ਗੱਲ ਲੋਕ ਮਾਰਨਿੰਗ ਵਾਕ ਤੇ ਜਿਆਦਾ ਜਿਹੜੇ ਪਸ਼ੂਆਂ ਚੋ ਚਾਰਾ ਆ ਇਹ ਬਾਕੀ ਚੀਜ਼ਾਂ ਜਿਹੜੇ ਜ਼ਰੂਰੀ ਕੰਮ ਕਾਰਨ ਤੀਜੇ ਪਾਸੇ ਵੀ ਲੋਕਾਂ ਜੋ ਹੁਣ ਰਾਹਤ ਥੋੜੀ ਨਜ਼ਰ ਆਈ ਹੈ ਤੇ ਲੋਕਾਂ ਚ ਅੰਦਰਵੰਦੀਕ ਖੁਸ਼ੀ ਦੀ ਲਹਿਰ ਆ